ਪਠਾਨਕੁਰ ਦੇ ਗੁਮਨਾਮ ਪਿਖਾਰੀ ਰਾਜੂ ਨੇ ਕਦੀ ਜ਼ਿੰਦਗੀ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਕਦੇ ਉਸ ਦੀ ਚਰਚਾ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਜਮਨ ਕੀ ਬਾਤ ਪ੍ਰੋਗਰਾਮ ਦੌਰਾਨ ਇਸ ਵਿਅਕਤੀ ਦਾ ਉੱਚੇ ਤੌਰ ਤੇ ਜ਼ਿਕਰ ਕੀਤਾ ਗਿਆ ਇਹ ਵਿਅਕਤੀ ਪਿਛਲੇ ਕੁਝ ਸਮੇਂ ਤੋਂ ਲੋਕਾਂ ਕੋਲੋਂ ਮੰਗ ਕੇ ਇਕੱਠੀ ਕੀਤੀ ਗਈ ਰਾਸ਼ੀ ਨਾਲ ਗਰੀਬ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਤੇ ਮਾਸਕ ਵੰਡਣ ਦੇ ਕੰਮ ਕਰਕੇ ਚਰਚਾ ਵਿੱਚ ਜਦ ਇਸ ਵਿਅਕਤੀ ਨੇ ਪ੍ਰਧਾਨ ਮੰਤਰੀ ਦਾ ਮਨ ਕੀ ਬਾਤ ਪ੍ਰੋਗਰਾਮ ਸੁਣਿਆ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਸਰੀਰ ਪੱਖੋਂ ਲਾਚਾਰ ਹੋਣ ਦੇ ਬਾਵਜੂਦ ਰਾਜੂ ਨੇ ਕਰੋਨਾ ਦੇ ਇਸ ਦੌਰ ਵਿੱਚ ਕੋਈ 3000 ਲੋਕਾਂ ਨੂੰ ਮਾਸਕ ਵੰਡੇ ਅਤੇ 100 ਦੇ ਕਰੀਬ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਰਾਜੂ ਨੇ ਕਰੋਨਾ ਵਾਇਰਸ ਵਿਰੋਧ ਜੰਗ ਵਿੱਚ ਆਪਣੇ ਵੱਲੋਂ ਕੀਤੇ ਗਏ ਕੰਮਾਂ ਦੇ ਜ਼ਿਕਰ ਤੋਂ ਇਲਾਵਾ ਇਸ ਮਹਾਮਾਰੀ ਨਾਲ ਜੱਠਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਕਹੇਗੇ ਕਦਮਾਂ ਦੀ ਪਰ ਪੂਰਸ਼ਾ ਲਾਗਾ ਕੀਤੀ ਮੋਤੀ ਪ੍ਰਧਾਨ ਮੰਤਰੀ ਦਾ ਮੰਨ ਦੀ ਬਾਤ ਉਹ ਮੇਰੀ ਨਿਗਰ ਕੀਤਾ ਹੈ ਮਾ ਉਹਦਾ ਵੀ ਆਦੇ ਧੰਨਵਾਦ ਕਰਦਾ ਹਾਂ ਮੈਂ ਆਪਣੇ ਰਾਤਾਰ ਹੁੰਦੇ ਵੀ ਲੋਕਾਂ ਦੀ ਸਵਾਤ ਸੇਵਾ ਕਰ ਰਿਹਾ ਕਿਉਂਕਿ ਮੇਰੇ ਵਰਗੇ ਕਈ ਜੀਵ ਨੇ ਜਿਹੜੇ ਫਟਾਰੇ ਭੁੱਖੇ ਥੋਂਦੇ ਨੇ ਮੈਂ ਉਹਨਾਂ ਨੂੰ ਦੇਖ ਕੇ ਆਪਣੇ ਆਪਣੇ ਤੇ ਸੇਵਾ ਦੇ ਰਹੀ ਹੈ ਲੋਕੀ ਮੈਨੂੰ ਦਾਤ ਕਰਦੇ ਨੇ ਹੁਣ ਮੈਂ ਪ੍ਰਧਾਨ ਮੰਤਰੀ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿੰਨੇ ਆਦਮੀਆਂ ਦੀ ਇੱਕ ਅਲ ਸੁਣ ਕੇ ਅੱਕੇ ਤੋਂ ਅੱਕੇ ਪਹਚਾਈ ਹੈ ਉਹਨਾਂ ਨੂੰ ਵੀ ਧੰਨਵਾਦ ਕਰਾਂਗਾ ਜਿੰਨੀ ਤੇਰੇ ਮੇਰੇ ਸਵਾਸ ਨੇ ਉਹਨੀਆਂ ਦਾ ਜਿੰਨੀ ਦੇ ਲੋਕ ਨੂੰ ਚੱਡਦਾ ਰਹੇਗਾ 19 ਸਾਲ ਮੈਂ ਲੋਕਾਂ ਦੀ ਸੇਵਾ ਤੋਂ ਇਤਿਹਾਸ